ਤੇ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਉਹਨਾਂ ਦਾ ਪਹਿਲਾ ਪਿਆਰ ਨਹੀਂ ਮਿਲਦਾ ਅਜਿਹੇ ਲੋਕਾਂ ਵਿੱਚ ਇਰਫਾਨ ਖਾਨ ਵੀ ਇੱਕ ਸਨ ਜਿਨ੍ਹਾਂ ਦੀ ਪ੍ਰੇਮ ਕਹਾਣੀ 16 ਸਾਲ ਦੀ ਉਮਰ ਵਿੱਚ ਸ਼ੁਰੂ ਹੋਈ ਤੇ ਉੱਥੇ ਹੀ ਖਤਮ ਹੋ ਗਈ ਇਰਫਾਨ ਖਾਨ ਹਲੇ 16 ਸਾਲਾਂ ਦੇ ਸਨ ਜਦੋਂ ਉਹਨਾਂ ਨੂੰ ਆਪਣੀ ਦੋਤੀ ਰੀਤੀ ਨਾਲ ਪਿਆਰ ਹੋ ਗਿਆ ਸੀ ਹਾਲਾਂਕਿ ਉਹਨ ਨੂੰ ਉਸ ਕੁੜੀ ਦਾ ਪਿਆਰ ਨਸੀਬ ਨਹੀਂ ਸੀ ਹੋਇਆ ਇਸ ਕੁੜੀ ਨਾਲ ਉਹਨ ਨੂੰ ਆਪਣੇ ਕਸਨ ਕਰਕੇ ਬ੍ਰੇਕਅਪ ਕਰਨਾ ਪਿਆ ਸੀ ਇਸ ਵਾਰ ਇਰਫਾਨ ਨੇ ਖੁਦ ਹੀ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਇਰਫਾਨ ਨੇ ਦੱਸਿਆ ਕਿ ਉਹ ਦੁੱਧ ਲੈਣ ਲਈ ਹਮੇਸ਼ਾ ਜਾਂਦੇ ਸਨ ਤਾਂ ਜੋ ਉਹ ਆਪਣੀ ਦੋਦੀ ਦੀ ਕੁੜੀ ਨੂੰ ਦੇਖ ਸਕਣ ਖਾਸ ਗੱਲ ਇਹ ਸੀ ਕਿ ਉਹਨਾਂ ਦੀ ਦੋਦੀ ਦੀ ਕੁੜੀ ਵੀ ਇਰਫਾਨ ਨੂੰ ਦੇਖ ਕੇ ਮੁਸਕਰਾਉਂਦੀ ਸੀ ਇੱਕ ਦਿਨ ਉਹ ਕੁੜੀ ਇਰਫਾਨ ਨੂੰ ਆਪਣੇ ਕਮਰੇ ਵਿੱਚ ਲੈ ਗਈ ਇਰਫਾਨ ਸੋਚ ਰਿਹਾ ਸੀ ਕਿ ਸਮੇਂ ਜ਼ਰੂਰ ਕੁਝ ਹੋਵੇਗਾ ਪਰ ਕੁੜੀ ਨੇ ਆਪਣੀ ਕਾਪੀ ਵਿੱਚੋਂ ਇੱਕ ਚਿੱਠੀ ਗੱਡੀ ਤੇ ਇਰਫਾਨ ਨੂੰ ਫੜਾ ਦਿੱਤੀ ਇਹ ਚਿੱਠੀ ਇਰਫਾਨ ਦੇ ਨਾਲ ਰਹਿਣ ਵਾਲੇ ਲੜਕੇ ਲਈ ਸੀ ਇਰਫਾਨ ਨੇ ਵੀ ਖੁਦ ਨੂੰ ਹੀਰੋ ਸਮਝਦੇ ਹੋਏ ਪਿਆਰ ਵਿੱਚ ਕੁਰਬਾਨੀ ਦੇ ਦਿੱਤੀ ਤੇ ਚਿੱਠੀ ਉਸੇ ਲੜਕੇ ਤੱਕ ਪਹੁੰਚਾ ਦਿੱਤੀ ਇਰਫਾਨ ਨੇ ਦੱਸਿਆ ਕਿ ਉਹ ਕੁੜੀ ਉਹਨਾਂ ਦੇ ਘਰ ਹਮੇਸ਼ਾ ਆਉਂਦੀ ਸੀ ਤੇ ਉਹ ਲੋਕਨ ਵਿੱਚੇ ਖੇਡਦੇ ਸਨ ਇਹ ਪਲ ਉਹਨਾਂ ਲਈ ਜੰਨਤ ਤੋਂ ਕੱਟ ਨਹੀਂ ਸਨ ਹੁੰਦੇ ਪਰ ਇੱਕ ਦਿਨ ਉਸਦੇ ਚਾਚੇ ਦੇ ਮੁੰਡੇ ਨੇ ਦੱਸਿਆ ਕਿ ਇੱਕ ਕੁੜੀ ਉਹਨਾਂ ਨਾਲ ਵੀ ਖੇਡਦੀ ਹੈ ਇਸ ਗੱਲ ਨੇ ਇਰਫਾਨ ਦਾ ਦਿਲ ਤੋੜ ਦਿੱਤਾ ਤੇ ਉਹਨਾਂ ਨੇ ਕੁੜੀ ਨਾਲੋਂ ਬ੍ਰੇਕਅਪ ਕਰ ਲਿਆ ਗਮ ਵਿੱਚ ਡੁੱਬੇ ਇਰਫਾਨ ਖਾਨ ਨੂੰ ਬ੍ਰੇਕਅਪ ਦੇ ਦਰਦ ਤੋਂ ਉਭਰਨ ਲਈ ਕਈ ਹਫ਼ਤੇ ਲੱਗ ਗਏ ਇਸ ਦੌਰਾਨ ਇਰਫਾਨ ਮੁਕੇਸ਼ ਦੇ ਗਾਣੇ ਸੁਣਦੇ ਸਨ